ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰਿਆਂ ਦਾ ਵੈਲਕਮ ਆ ਜੱਟ ਬੁਆਏ ਚੈਨਲ 'ਤੇ। ਬਹੁਤ ਵਾਰ ਵੀਰਾਂ ਦੀ ਡਿਮਾਂਡ ਆ ਰਹੀ ਸੀਗੀ F4 ਵੀਜ਼ਾ ਦੀ, ਨਵੀਂ ਵੀਜ਼ਾ ਬੁਲੇਟਿਨ ਜਿਹੜੀ ਅਪਡੇਟ ਦਿੱਤੀ ਜਾਵੇ, ਜਾਂ F3, F2, F2B, ਅਤੇ ਇਹਦੇ ਬਾਰੇ ਥੋੜ੍ਹੀ ਜਿਹੀ ਗੱਲ ਕਰਦਾ। ਮਾਰਚ ਦੀ ਅਪਡੇਟ ਹੋ ਗਈ ਹੈ ਜੀ ਉਹਦੇ ਬਾਰੇ। ਜੇਕਰ ਤੁਸੀਂ ਵੀ ਕੋਈ ਚੈੱਕ ਕਰਨਾ ਚਾਹੁੰਦੇ, ਚੈੱਕ ਕਰ ਸਕਦੇ ਹੋ ਗੂਗਲ 'ਤੇ ਜਾ ਕੇ ਵੀਜ਼ਾ ਬੁਲੇਟਿਨ, ਠੀਕ ਹੈ। ਅਤੇ ਸਭ ਤੋਂ ਪਹਿਲੀ ਚੀਜ਼ ਆ, ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਚੈਨਲ ਸਬਸਕ੍ਰਾਈਬ ਕਰ ਲਿਓ, ਠੀਕ ਹੈ। ਅਤੇ ਜੇ ਵਧੀਆ ਲੱਗੀ ਵੀਡੀਓ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰ ਸਕਦੇ ਹੋ। ਵੱਧ ਤੋਂ ਵੱਧ ਕਮੈਂਟ ਕਰਿਆ ਕਰੋ, ਹੌਲੀ ਹੌਲੀ ਤੁਹਾਨੂੰ ਆਪਾਂ ਉਹਨਾਂ ਦੇ ਰਿਪਲਾਈ ਜਿਹੜੇ ਦਿੰਦੇ ਰਹਾਂਗੇ। ਸਭ ਤੋਂ ਫਸਟ ਚੀਜ਼ ਹੈ ਜੀ, ਜੇਕਰ ਮੈਂ ਗੱਲ ਕਰਾਂ ਵੀਜ਼ਾ ਬੁਲੇਟਿਨ ਦੇ ਉੱਤੇ ਐਪਲੀਕੇਸ਼ਨ ਫਾਰਮ ਦੀ ਗੱਲ ਕਰਾਂ, ਜੇਕਰ ਫਰਵਰੀ ਦੀ ਪਹਿਲਾਂ ਗੱਲ ਤੁਹਾਨੂੰ ਤੁਹਾਡੇ ਨਾਲ ਮੈਚ ਕਰੂੰਗਾ ਵੀ ਫਰਵਰੀ ਨਾਲ ਆਪਾਂ ਮਾਰਚ ਨੂੰ ਮੈਚ ਕਰਾਂਗੇ, ਕਿੰਨਾ ਡਿਫਰੈਂਟ ਪੈ ਰਿਹਾ। ਪਹਿਲੀ ਚੀਜ਼ ਆ, ਠੀਕ ਹੈ, F1 ਕੈਟਾਗਰੀ ਇਹਦੇ ਵਿੱਚ ਐਪਲੀਕੇਸ਼ਨ ਫਾਰਮ ਦੀ ਗੱਲ ਕਰਾਂ। ਜੇਕਰ ਮੈਂ ਫਰਵਰੀ ਦੀ ਗੱਲ ਕਰਾਂ ਤਾਂ ਫਰਵਰੀ ਦੇ ਵਿੱਚ ਇਹ 22 ਮਾਰਚ 2014 ਸੀਗੀ, ਹੈ ਨਾ, 22 ਮਾਰਚ 2014। ਉਹ ਤੋਂ ਬਾਅਦ ਕੀ ਸੀਗਾ ਸੈਕਿੰਡ ਨੰਬਰ 'ਤੇ, 8 ਜੂਨ। ਜੇ ਹੁਣ ਮਾਰਚ ਇੱਥੇ ਵਿੱਚ 22 ਮਾਰਚ ਸੀ, ਹੁਣ 8 ਜੂਨ 2014 ਜਿਹੜੀ ਐਪਲੀਕੇਸ਼ਨ ਫਾਰਮ ਆ, ਜਿਹੜੀ ਮਾਰਚ ਦੀ ਅਪਡੇਟ ਹੋਈ ਆ, ਠੀਕ ਹੈ। ਉਹ ਤੋਂ ਬਾਅਦ F2A ਕੈਟਾਗਰੀ ਦੀ ਗੱਲ ਕਰਾਂ, F2A ਕੈਟਾਗਰੀ ਜਿਹੜੀ ਫਰਵਰੀ ਦੇ ਵਿੱਚ ਸੀਗੀ 1 ਦਸੰਬਰ 2019, ਅਤੇ ਹੁਣ ਜਿਹੜੀ ਹੋਈ ਆ ਜਨਵਰੀ 2020, ਠੀਕ ਹੈ। ਪਹਿਲਾਂ 1 ਦਸੰਬਰ ਸੀਗੀ, ਹੁਣ ਜਨਵਰੀ, 1 ਮੰਥ ਦਾ ਡਿਫਰੈਂਟ ਪਿਆ ਇਹਦੇ ਵਿੱਚ, ਠੀਕ ਹੈ। ਜੇਕਰ ਅੱਗੇ ਗੱਲ ਕਰਾਂ ਜੀ F2B ਕੈਟਾਗਰੀ, ਇਹ ਜਿਹੜੀ ਆਹ ਕੈਟਾਗਰੀ ਹੈ ਨਾ, ਜੇ F2A ਇਹ ਕਾਫੀ ਫਾਸਟ ਚੱਲਦੀ ਹੈ ਕੈਟਾਗਰੀ ਆ। ਇਹਦੇ ਵਿੱਚ ਉਹ ਹੁੰਦੇ ਨੇ, ਜੇ ਕਿਸੇ ਨੂੰ ਆਪਾਂ ਨੇ ਆਪਣੀ ਵਾਈਫ ਨੂੰ ਬੁਲਾਉਣਾ, ਉਹ ਇਹਦੇ ਵਿੱਚ ਹੁੰਦਾ। F2B ਦੇ ਵਿੱਚ ਹੁੰਦਾ ਜੀ, ਜਿਹੜੇ ਜੇਕਰ ਫਾਈਲਿੰਗ ਡੇਟ ਕਰਾਂ 22 ਅਪ੍ਰੈਲ 2015 ਹੈ, ਠੀਕ ਹੈ, 15 ਮਈ 2015 ਜਿਹੜੀ ਹੁਣ ਮਾਰਚ ਦੀ ਆ, ਇਹ ਜਿਹੜੀ 22 ਅਪ੍ਰੈਲ ਫਰਵਰੀ ਦੀ ਆ, 15 ਮਈ ਹੈ ਜਿਹੜੀ ਮਾਰਚ ਦੀ ਆ। F3 ਦੇ ਵਿੱਚ 22 ਜੁਲਾਈ ਜਿਹੜੀ ਫਰਵਰੀ ਦੀ ਆ 2008, ਅਤੇ 15 ਅਗਸਤ 2008 ਜਿਹੜੀ ਮਾਰਚ ਦੀ ਆ। 22 ਜੁਲਾਈ 2005 ਜਿਹੜੀ F4 ਵੀਜ਼ਾ ਦੀ ਫਰਵਰੀ ਦੀ ਅਪਡੇਟ ਸੀ, ਹੁਣ ਜਿਹੜੀ 8 ਅਗਸਤ 2005 ਆ, ਠੀਕ ਹੈ। ਅਤੇ ਉਹ ਤੋਂ ਬਾਅਦ ਫਾਈਨਲ ਐਕਸ਼ਨ ਡੇਟ ਦੀ ਗੱਲ ਕਰਦਾ, ਦੋਨੇ ਡੇਟਾਂ ਦਾ ਡਿਫਰੈਂਟ ਡਿਫਰੈਂਟ ਹੁੰਦਾ। ਫਾਈਨਲ ਐਕਸ਼ਨ ਡੇਟ ਜਿਹਨਾਂ ਦੀ ਚੱਲ ਰਹੀ ਆ, ਜੇਕਰ ਗੱਲ ਕਰਾਂ ਜੀ F2A ਕੈਟਾਗਰੀ ਕਰੰਟ ਆ ਜੀ, F2A ਕੈਟਾਗਰੀ ਕਰੰਟ ਚੱਲ ਰਹੀ ਆ। ਉਦੋਂ ਬਾਅਦ F2B ਕੈਟਾਗਰੀ ਜੇਕਰ ਗੱਲ ਕਰਾਂ ਆਪਾਂ, ਫਰਵਰੀ ਦੀ 22 ਅਗਸਤ 2014, ਅਤੇ ਹੁਣ ਮਾਰਚ ਦੀ 15 ਸਤੰਬਰ 2014, ਅਗਸਤ ਤੋਂ ਸਤੰਬਰ ਆ ਗਏ, 1 ਮੰਥ ਦਾ ਡਿਫਰੈਂਟ ਪਿਆ ਇਹਦੇ ਵਿੱਚ ਤਕਰੀਬਨ। F3 ਦੇ ਵਿੱਚ 22 ਨਵੰਬਰ 2007 ਆ ਜਿਹੜੀ ਉਹ ਸੀਗੀ, ਮਤਲਬ ਜੇਕਰ ਗੱਲ ਕਰਾਂ ਫਰਵਰੀ ਦੇ ਵਿੱਚ 22 ਨਵੰਬਰ 2007, ਅਤੇ ਹੁਣ 15 ਦਸੰਬਰ 2007 ਆ। ਅਤੇ F4 ਕੈਟਾਗਰੀ ਭੈਣ ਭਰਾ ਨੂੰ ਬੁਲਾਉਣ ਦੇ ਲਈ, ਇਹਦੇ ਵਿੱਚ ਇਹ ਸਾਰੇ ਇਹਦੇ ਬਾਰੇ ਬਹੁਤ ਜ਼ਿਆਦਾ ਲੋਕ ਪੁੱਛਦੇ ਨੇ। ਇਹਦੇ ਵਿੱਚ 22 ਨਵੰਬਰ 2004 ਸੀਗੀ ਫਰਵਰੀ ਦੇ ਵਿੱਚ, ਹੁਣ 8 ਦਸੰਬਰ 2004 ਆ ਤਕਰੀਬਨ। ਥੋੜ੍ਹਾ ਹੀ ਫਰਕ ਹੈ, ਥੋੜ੍ਹਾ ਜਿਹਾ ਸਲੋਅ ਪ੍ਰੋਸੈਸ ਚੱਲਦੀ ਆ ਤਕਰੀਬਨ। ਜੇ ਦੇਖੀ ਜਾਵੇ ਤਾਂ ਅੱਜ ਦੇ ਟਾਈਮ ਦੇ ਵਿੱਚ ਇਹ 15-16 ਸਾਲ ਆਰਾਮ ਨਾਲ ਜਿਹੜਾ ਇਹ ਜਿਹੜੀ ਕੈਟਾਗਰੀ ਆ ਉਹ ਲੈ ਲੈਂਦੀ ਆ ਕਲੀਅਰ ਹੋਣ ਦੇ ਲਈ, F4 ਕੈਟਾਗਰੀ 'ਤੇ, ਠੀਕ ਹੈ ਜੀ। ਇਹ ਥੋੜ੍ਹੀ ਵੀਡੀਓ ਸੀਗੀ, ਚੰਗਾ ਜੀ, ਸਤਿ ਸ਼੍ਰੀ ਅਕਾਲ।